ਦੇਖੋ ਬੜੀ ਅਨਫਾਰਚੂਨੇਟ ਹੈ ਕਿ ਪਿੱਛੇ ਬੰਦੇ ਦਾ ਮਰਡਰ ਹੋ ਗਿਆ ਅਤੇ ਅੱਜ ਜਿਹੜੇ ਦੋ ਗੈਂਗਸਟਰ ਜਿਹੜੇ ਸੀਗੇ ਉਹ ਉਹਨਾਂ ਦਾ ਆਪਸ ਵਿੱਚ ਟਕਰਾਅ ਹੋਇਆ ਔਰ ਜੇਲ੍ਹ ਦੇ ਵਿੱਚ ਜਿਹੜੇ ਪੰਥੋੜ ਉਹ ਅਸੀਂ ਅੰਡਰ ਕੰਟਰੋਲ ਹੈ, ਉਹਨੂੰ ਕੰਟਰੋਲ ਕਰ ਲਿਆ, ਸਿਰਫ 80% ਹੀ ਕਰ ਲਿਆ ਅਤੇ ਜਿਹੜੇ ਦੋ ਹਾਈ ਸਿਕਿਉਰਿਟੀ ਜ਼ੋਨ ਨੇ ਉਹਨਾਂ ਦੇ ਵਿੱਚ ਪੁਲਿਸ ਸੈਂਟਰ ਕਰ ਗਈ ਹੈ ਔਰ ਬਹੁਤ ਸਖਤੀ ਨਾਲ ਇਹਨੂੰ ਕੀਤਾ ਜਾਏਗਾ। ਇਹ ਜਿਹੜੀਆਂ ਚੀਜ਼ਾਂ ਨੇ ਕਿ ਉੱਥੇ ਕੀ ਹੋਇਆ, ਮੇਰੇ ਖਿਆਲ ਕਿ ਦੋ ਸਿਲੰਡਰ ਫਟੇ ਨੇ ਜਿਹੜੇ ਉਹਨਾਂ ਦੇ ਕੋਲ ਸੀਗੇ, ਜਿਹੜੀਆਂ ਉੱਥੇ ਉਹ ਨੇ ਇੱਕ ਸਟੂਡੈਂਟ ਜੇਲ੍ਹ ਦੀ ਜਿਹੜੀ ਗੱਡੀ ਆ ਉਹਨੂੰ ਉਹਨਾਂ ਨੇ ਅੱਗ ਲਾਈ ਹੈ, ਜਿਹੜੀ ਅੱਗ ਚੱਲੀ ਹੈ। ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਵਿੱਚ ਮੈਂ ਪਹਿਲਾਂ ਵੀ ਕਹਿੰਦਾ ਰਿਹਾ ਕਿ ਅੱਜ ਵੀ ਤੁਸੀਂ ਪੇਪਰ 'ਚ ਪੜ੍ਹਿਆ ਹੋਣਾ ਕਿ ਜਿਹੜੀ ਸਾਨੂੰ CRPF ਆਈ ਆ ਔਰ ਅਸੀਂ ਜਿਹੜੀ ਹਾਈ ਜਿਹਨੂੰ ਆਪਾਂ ਕਹਿੰਦੇ ਹਾਂ ਹਾਈ ਪ੍ਰੋਫਾਈਲ ਜੇਲ੍ਹ ਨੇ ਜਿਵੇਂ ਪਟਿਆਲਾ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ, ਫਰੀਦਕੋਟ, ਇਹਨਾਂ ਜੇਲ੍ਹਾਂ ਲਈ ਗਵਰਨਮੈਂਟ ਅਫਸਰ ਨੂੰ ਕਈ ਵਾਰਾਂ ਲਿਖਿਆ ਕਿ ਸਾਨੂੰ ਜਿੱਥੇ ਪੰਜਾਬ ਪੁਲਿਸ ਆ ਉੱਥੇ ਨਾਲ CRPF ਵੀ ਚਾਹੀਦੇ। ਇਹ ਜੇਲ੍ਹ ਜਿਹੜੀ ਆ ਜਿਹੜੀ ਅਪਰੂਵ ਹੋਈ ਆ 24 ਕਰੋੜ ਰੁਪਇਆ ਜਿਹੜਾ ਪੰਜਾਬ ਗਵਰਨਮੈਂਟ ਨੇ ਅਪਰੂਵਲ ਦਿੱਤਾ ਉਹਦੇ 6 ਵੀ ਆਉਂਦੇ। ਪਰ ਸਭ ਤੋਂ ਮੇਨ ਦੇਖਣ ਵਾਲੀ ਗੱਲ ਇਹ ਆ ਕਿ ਇਹੋ ਜਿਹੇ ਰਾਇਡਸ ਜਿਹੜੇ ਹੋਣੇ ਜਾਂ ਅੰਦਰ ਗੈਂਗਵਾਰ ਜਿਹੜੀ ਆ ਇਹ ਜਿਹੜੀ ਆ ਸੀਰੀਅਸ ਗੱਲ ਆ ਜਿਹਨੂੰ ਬੜਾ ਸਖਤੀ ਨਾਲ ਵੇਖਿਆ ਜਾਏਗਾ। ਸਕਿਉਰਿਟੀ ਲੈਬਸ ਨਹੀਂ ਕਿਹਾ ਜਾ ਸਕਦਾ ਇਹਨੂੰ, ਕਿਉਂਕਿ ਸਕਿਉਰਿਟੀ ਵਾਲੇ ਅੰਦਰ ਜਿੰਨੇ ਬੰਦੇ ਹੁੰਦੇ ਉੱਥੇ ਸਫੀਸ਼ੀਐਂਟ ਬੰਦੇ ਨੇ। ਇਹਦੇ 'ਚ ਜਦੋਂ ਜਿਹੜੀ ਜੇਲ੍ਹ 'ਚ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਜੇਲ੍ਹ 'ਚ ਆ ਰਹੀ ਆ ਉਹ ਇਹ ਆ ਕਿ ਅੰਦਰ ਵਰਕ ਕਲਚਰ ਜਿਹੜਾ ਖਤਮ ਹੋ ਗਿਆ। ਪਿਛਲੇ 10-12 ਸਾਲਾਂ ਤੋਂ ਕੋਈ ਵਰਕਸ਼ਾਪ ਜਿਹੜੀ ਜਿੰਨੀਆਂ ਵਰਕਸ਼ਾਪ ਸੀਗੀਆਂ ਉਹ ਸਾਰੀਆਂ ਬੰਦ ਗਈਆਂ। ਕੈਦੀਆਂ ਨੂੰ ਸਾਰਾ ਦਿਨ ਜੇਲ੍ਹ ਦੇ ਅੰਦਰ ਬੰਦ ਕਰਕੇ ਨਹੀਂ ਰੱਖਿਆ ਜਾਂਦਾ, ਇਹਨਾਂ ਨੂੰ ਵਿੱਚੋਂ ਛੱਡਿਆ ਜਾਂਦਾ ਅਤੇ ਉਹਦੇ ਵਿੱਚ ਜਿਹੜੀ ਇਹ ਇੰਸੀਡੈਂਟ ਹੋ ਗਿਆ ਕਿ ਦੋ ਗੈਂਗ ਜਿਹੜੇ ਨੇ ਆਪਸ ਵਿੱਚ ਭਿੜ ਗਏ। ਇਹ ਵੇਖਿਆ ਜਾਏਗਾ ਕਿ ਦੋਵੇਂ ਗੈਂਗ ਕਿਵੇਂ ਬਾਹਰ ਆਏ, ਕਿਉਂਕਿ ਇਹਨਾਂ ਨੂੰ ਇੱਕ ਨੂੰ ਬਾਹਰ ਕੱਢਿਆ ਜਾਂਦਾ, ਦੂਸਰਾ ਕਿਵੇਂ ਨਿਕਲਿਆ ਇਹਦੀ ਜਿਹੜੀ ਇਨਕੁਆਇਰੀ ਕੱਲ੍ਹ ਤੱਕ ਮੈਨੂੰ ਪਤਾ ਲੱਗ ਜਾਏ, ਕੱਲ੍ਹ ਤੱਕ ਕੀ ਸ਼ਾਮ ਤੱਕ ਮੈਨੂੰ ਪਤਾ ਲੱਗ ਜਾਏਗੀ। ਜਿਹੜੀ ਲੁਧਿਆਣਾ ਪੁਲਿਸ ਆ ਉਹ ਅੰਦਰ ਐਂਟਰ ਕਰ ਗਈ ਸੀ, ਉਹਨਾਂ ਨੇ ਕੰਟਰੋਲ ਕਰ ਲਿਆ। ਮੇਰੀ DCP ਨਾਲ ਅਸ਼ਵਨੀ ਕੌਰ ਨਾਲ ਗੱਲ ਹੋਈ, ਕਹਿੰਦੇ ਅਸੀਂ ਕੰਟਰੋਲ ਕਰ ਲਿਆ ਅਤੇ ਕਹਿੰਦੇ ਦੋ ਬੈਠਕਾਂ ਜਿਹੜੀਆਂ ਹਾਈ ਸਕਿਉਰਿਟੀ ਜ਼ੋਨ ਨੇ ਉਹਨਾਂ 'ਚ ਅਸੀਂ ਐਂਟਰ ਕਰ ਦਿੱਤੇ। ਗੋਲੀਆਂ ਜਿਹੜੀਆਂ ਚੱਲੀਆਂ ਨੇ ਉਹ ਜੇਲ੍ਹ ਡਿਪਾਰਟਮੈਂਟ ਨੇ ਚਲਾਈ ਨੇ, ਅੰਦਰੋਂ ਨਹੀਂ ਚੱਲੀ ਕੋਈ ਵੀ, ਉਹਨਾਂ ਨੇ ਕੰਟਰੋਲ ਕਰਨ ਲਈ ਵਾਈ ਫਾਇਰ ਕੀਤੀ। ਵੀਡੀਓ ਜਿਹੜੀ ਆਈਆਂ, ਵੇਖੋ ਗੱਲ ਸੁਣੋ, ਮੈਂ ਤਾਂ ਤੁਹਾਡੇ ਨਾਲ ਕਦੀ ਵੀ ਡਿਨਾਈ ਕੀਤਾ ਕਿ ਅੰਦਰ ਮੋਬਾਈਲ ਜਿਹੜੇ ਨੇ ਟੋਟਲ ਬੰਦ ਹੋ ਗਏ ਨੇ, ਮੋਬਾਈਲ ਖੜੇ ਵੀ ਹੈਗੇ ਨੇ। ਅਸੀਂ ਪੂਰੀ ਆਪਣੀ ਕੋਸ਼ਿਸ਼ ਕਰ ਰਹੇ ਹਾਂ, ਕੋਸ਼ਿਸ਼ ਦੇਖਿਆ ਵੀ ਆ ਕਿ ਪੁਲਿਸ ਵਾਲੇ ਹਰ ਰੋਜ਼ ਜੇਲ੍ਹ ਡਿਪਾਰਟਮੈਂਟ ਨੂੰ ਲੋਕਾਂ ਮੋਬਾਈਲ ਜਿਹੜੇ ਨੇ ਕਰ ਰਹੇ ਨੇ। ਦੇਖੋ ਜੇ ਆਪਾਂ ਇਹ ਕਹਿ ਦਈਏ ਕਿ ਇੱਕ ਦਿਨ 'ਚ ਓਵਰਨਾਈਟ ਸਾਰੀਆਂ ਚੀਜ਼ਾਂ ਹੋਣ ਗਈਆਂ, ਅਸੀਂ ਆਪ ਹੀ ਹਿਊਮਨ ਬੀਂਗ ਆ, ਕਿੰਨੇ ਕੁ ਅਸੀਂ ਓਨੈਸਟ ਹਾਂ, ਕਿੰਨੇ ਕੁ ਸਾਰੀ ਦੁਨੀਆ ਓਨੈਸਟ ਆ, ਇਹਦੇ 'ਚ ਜਿਹੜੀ ਆ ਸਖਤੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਪਰ ਫਿਰ ਵੀ ਜਿਹੜੀ ਆ ਉਹ ਮੋਬਾਈਲਾਂ ਦੀ ਜਿਹੜੀ ਆ ਉਹ ਅੰਦਰ ਕਿਤੇ ਨਾ ਕਿਤੇ ਨਿਕਲ। ਤੁਹਾਨੂੰ ਤਾਂ ਮੈਂ ਪਹਿਲਾਂ ਹੀ ਦੱਸ ਦਿੱਤਾ ਕਿ ਨਾਭਾ ਹੋਇਆ, ਤੁਸੀਂ ਸੁਣਿਆ ਨਹੀਂ। ਮੈਂ ਕਿਹਾ ਬੜਾ ਅਨਫਾਰਚੂਨੇਟ ਹੈ, ਪਹਿਲਾਂ ਨਾਭਾ 'ਚ ਹੋਇਆ ਅਤੇ ਅੱਜ ਦੂਜਾ ਹੋਇਆ। ਮੇਰਾ ਖਿਆਲ ਤੁਹਾਨੂੰ ਰਿਪੀਟ ਕਰਨ ਦੀ ਜ਼ਿਆਦਾ ਆਦਤ ਹੁੰਦੀ ਆ ਜਿਹੜੀ ਇਸ ਤਰ੍ਹਾਂ। ਮੈਂ ਤਾਂ ਸਟਾਰਟਿੰਗ 'ਚ ਤੁਹਾਨੂੰ ਇਹ ਗੱਲ ਕਰ ਲੁਧਿਆਣੇ, ਮੈਂ ਜਿਸ ਵੇਲੇ ਉਹਨਾਂ ਦਾ ਮੈਨੂੰ ਟੈਲੀਫੋਨ ਆਏਗਾ ਕਿ ਅੰਡਰ ਕੰਟਰੋਲ ਹੈ, ਮੈਂ ਲੁਧਿਆਣੇ ਆਪ ਸਾਰਾ ਆਪ ਵਿਜਿਟ ਕਰ। ਇਹਦਾ ਹੱਲ ਇਹੀ ਆ ਕਿ ਬੈਠਾਂਗੇ, CM ਸਾਹਿਬ ਨਾਲ ਗੱਲ ਕਰਾਂਗੇ। ਪਹਿਲਾਂ ਵੀ ਸਾਡੀਆਂ ਗੱਲਾਂ ਚੱਲਦੀਆਂ ਰਹੀਆਂ ਨੇ ਕਿ ਜਿਹੜੀ ਸਿਕਿਉਰਿਟੀ ਔਰ ਇੰਟੈਲੀਜੈਂਸ ਜਿਹੜੀਆਂ ਨੇ ਅਤੇ ਪੰਜਾਬ ਪੁਲਿਸ ਇੰਟੈਲੀਜੈਂਸ ਦੀ ਜਿਹੜੀ ਅੰਦਰ ਹੋਣਾ ਉਹਦਾ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇੰਟੈਲੀਜੈਂਸ ਵਾਲੇ ਅੰਦਰੋਂ ਜਾ ਕੇ ਇਹ ਦੇਖਣ ਕਿ ਇੱਥੇ ਇੰਟੈਲੀਜੈਂਸ ਜਿਹੜੀ ਹੈ ਪਰਮਾਨੈਂਟਲੀ ਉਹਨਾਂ ਦੀ ਅੰਦਰ ਡਿਪਲੋਇਮੈਂਟ ਹੋਣੀ ਚਾਹੀਦੀ ਹੈ, ਤਾਂ ਕਿ ਕੈਦੀਆਂ ਦੇ ਵਿੱਚ ਰਹਿ ਕੇ ਉਹਨਾਂ ਦਾ ਬਿਹੇਵੀਅਰ ਉਹਨਾਂ ਦੇਖ ਸਕਣ। ਜ਼ਿਆਦਾ ਹੁਣ ਸਾਨੂੰ ਜਿਹੜੀ ਮੇਨ ਜਿਹੜੀ ਲੋੜ ਆ ਉਹ ਇੰਟੈਲੀਜੈਂਸ ਜਿਹੜਾ
ਸਾਡਾ ਵਿੰਗ ਆ ਉਹਨੂੰ ਅੰਦਰ ਸਥਾਪਿਤ ਕਰਨਾ ਪਏਗਾ।